सत श्री अकाल जी। अज आप गल करनी है जिलियांवाले बाग दे जो वाकया होया सी, खौफनाक वाकया होया सी 13 अप्रैल 1919 दे विच। ते हजारां लोग निहत्थे लोगों नू मार दिता गया, ते उन्हां चों बच्चे, जवान, बजुर्ग, ईवन के जिहदी उम्र 1 साल की भी नहीं सी, बच्चे की जिन्हें अपनी लाइफ अजे कुछ देखा भी नहीं सी, उन्हों भी मार दिता गया। लोग अपनी जान बचाने लई खूहां च छालां मारियां, किसी ने दीवारां दे उपर चढ़ के ट्राई की अपने आप नू बचाने लई, बट जिहड़े वह दरिंदे सी जनरल डायर, इहना दी जिहड़ी इन्हां ने कमांड दित्ती हुई सी, ये कोई ना रुकिया, ये चलांदे रहे, निहत्थे लोगों के गोलियां चलांदे रहे। ये जिहड़ा वाकया होया इस वाकये ने बहुत लोगों की, हजारों लोगों की लाइफ बदल के रखती। उन्हों एक इंसान सी जिन्हां नाम सी शहीद आजम बाद च पिया, पर उहदा नाम सी ऊधम सिंह, फिर सरदार ऊधम सिंह बने, फिर शहीद आजम ऊधम सिंह बने। 26 दिसंबर 1899 एक इंसान, एक बच्चा, एक पैदा होंदा है, ते मात्र 20 साल की उम्र दे विच उन्हां नूं ये वाकया का पता लगता, वह देखते हैं, तो उस तो बाद एक बदले की भावना पैदा हो जाती है। बदले की भावना पैदा हो जाती है कि ये जिन्हें भी किया है, मैं रिवेंज लेना, मैं बदला लेना है, अपनी होंद लई बदला लेना है। सो हुंदा की है, मेरे जिहड़े पिछे बिल्डिंग है इहदे बारे दसांगे, क्योंकि बहुत वड्डा रोल है इस बिल्डिंग का, उहदे बारे अगे गल करदा। सारयां नूं एक एक चीज़ बारे पता है कि की कहानी है, बट अगर थोड़ी बहुती भी किसी नूं पता लग जांदी है मेरे जरिए तो बहुत वधिया गल है। ਉਹ ਇਨਸਾਨ ਨੇ ਮਾਤਰ 20 ਸਾਲ ਦੀ ਉਮਰ ਦੇ ਵਿੱਚ ਸੋਚ ਲਿਆ ਕਿ ਮੈਂ ਬਦਲਾ ਲੈਣਾ ਹੈ, ਅਤੇ ਬਦਲਾ ਦੀ ਭਾਵਨਾ ਲੈ ਕੇ ਸਾਲ ਬੀਤਦੇ ਗਏ, ਅਤੇ ਉਹ ਇਨਸਾਨ ਜਿਨ੍ਹਾਂ ਨੂੰ ਆਪਾਂ ਸਰਦਾਰ ਊਧਮ ਸਿੰਘ ਜੀ ਕਹਿੰਦੇ ਹਾਂ, ਉਹਨਾਂ ਨੇ ਆਪਣਾ ਬੋਰੀਆ ਬਿਸਤਰਾ ਬੰਨਿਆ ਅਤੇ ਕਈ ਕੰਟਰੀਆਂ ਨੂੰ ਪਾਰ ਕਰਦੇ ਹੋਏ ਲੰਡਨ ਪਹੁੰਚ ਗਏ। ਇੱਥੇ ਇਹਨਾਂ ਨੇ ਲੰਡਨ ਦੇ ਵਿੱਚ ਬਹੁਤ ਸਰਵਾਈਵ ਕਰਨ ਲਈ ਬਹੁਤ ਕੰਮ ਕੀਤੇ, ਉਹਨਾਂ 'ਚੋਂ ਫਿਲਮਸ ਵੀ ਕੀਤੀਆਂ, ਹੋਲੀਵੁੱਡ ਦੀਆਂ ਫਿਲਮਸ ਵੀ ਕੀਤੀਆਂ ਉਹਨਾਂ ਨੇ, ਅਤੇ ਗੁਰਦੁਆਰਾ ਸਾਹਿਬ ਜਾ ਕੇ ਰੋਟੀਆਂ ਬਣਾਉਂਦੇ ਹੁੰਦੇ ਸੀ, ਬਹੁਤ ਬਹੁਤ ਸਰਵਾਈਵ ਕਰਨ ਲਈ ਬਹੁਤ ਕੀਤਾ, ਅਤੇ ਉਹ ਸਪੋਰਟ ਵੀ ਕਰਦੇ ਹੁੰਦੇ ਸੀ ਗਦਰ ਪਾਰਟੀ ਨੂੰ, ਜਿਹੜੀ ਉਹ ਪਹਿਲਾਂ ਪੰਜਾਬ ਦੇ ਵਿੱਚ ਬਣੀ ਹੋਈ ਸੀ ਗਦਰ ਪਾਰਟੀ, ਉਹਨੂੰ ਸਪੋਰਟ ਵੀ ਕਰਦੇ ਹੁੰਦੇ ਸੀ ਉਸ ਪੈਸਿਆਂ ਰਾਹੀਂ। ਸੋ ਪਲੈਨ ਬਣੇ, ਉਹਨਾਂ ਨੇ ਰਿਵੋਲਵਰ ਖਰੀਦੀ, ਮੈਂ ਸਾਰੀ ਸਟੋਰੀ ਨਹੀਂ ਸੁਣਾਊਂਗਾ ਕਿਉਂਕਿ ਸਾਰਿਆਂ ਨੂੰ ਤਕਰੀਬਨ ਸਾਰਾ ਕੁਝ ਪਤਾ ਹੀ ਹੈ। ਉਹਨਾਂ ਨੇ ਰਿਵੋਲਵਰ ਖਰੀਦੀ, ਠੀਕ ਹੈ, ਉਸ ਤੋਂ ਬਾਅਦ ਪਲੈਨ ਬਣਾਇਆ, ਬੁੱਕ ਦੇ ਵਿੱਚ ਰਿਵੋਲਵਰ ਨੂੰ ਪੈਕ ਕੀਤਾ, ਅਤੇ 13 ਮਾਰਚ 1940 ਦੇ ਵਿੱਚ ਜਿਹੜੀ ਮੇਰੇ ਪਿੱਛੇ ਬਿਲਡਿੰਗ ਹੈ ਉਹਦੇ ਵਿੱਚ ਐਂਟਰ ਹੋਏ। ਇਹ ਬਿਲਡਿੰਗ ਦਾ ਨਾਮ ਹੈ ਕੈਕਸਟਨ ਟਾਊਨ, ਕੈਨ ਕੈਕਸਟਨ ਹਾਲ। ਇਹ ਬਿਲਡਿੰਗ ਦੇ ਵਿੱਚ ਐਂਟਰ ਹੋਏ, ਅਤੇ ਇੱਥੇ ਮਾਈਕਲ ਓ ਡਾਇਰ ਨੇ ਆਪਣੀ ਸਪੀਚ ਦੇਣੀ ਸੀ। ਸੋ ਸਪੀਚ ਜਦੋਂ ਦੇਣ ਲੱਗਿਆ, ਉਹ ਮੈਂ ਤਾਂ ਉਹਨੂੰ ਇੱਜ਼ਤ ਕਹਿ ਕੀ ਦੇਣੀ ਆ, ਜਦੋਂ ਉਹ ਆਪਣੀ ਸਪੀਚ ਦੇਣ ਲੱਗਿਆ ਤਾਂ ਉਦੋਂ ਹੀ ਉਹਦੇ 'ਤੇ ਫਾਇਰਿੰਗ ਕੀਤੀ ਗਈ। ਐਟ ਏ ਟਾਈਮ ਮਾਈਕਲ ਓ ਡਾਇਰ ਦੀ ਮੌਤ ਹੋ ਗਈ, ਅਤੇ ਉਹਦੇ ਨਾਲ ਇੱਕ ਅੱਧਾ ਹੋਰ ਵੀ ਬੰਦੇ ਇੰਜਰਡ ਹੋਏ, ਉਹਨਾਂ ਨੂੰ ਲੈ ਕੇ ਗਿਆ। ਅਤੇ ਜਿਹੜਾ ਮਾਈਕਲ ਓ ਡਾਇਰ ਸੀ ਉਹ ਇਨਸਾਨ ਸੀ ਜੋ ਉਸ ਟਾਈਮ ਪੰਜਾਬ ਦਾ ਗਵਰਨਰ ਸੀ, ਜਿਸ ਨੇ ਜਨਰਲ ਡਾਇਰ ਨੂੰ ਬੁਲਾਇਆ ਸੀ, ਆਈ ਥਿੰਕ ਕਰਾਚੀ ਤੋਂ ਬੁਲਾਇਆ ਸੀ ਇਹ ਸ਼ੂਟ ਆਊਟ ਕਰਨ ਲਈ, ਮਤਲਬ ਇਹ ਲੋਕਾਂ ਨੂੰ ਕਤਲੇਆਮ ਕਰਨ ਲਈ ਬੁਲਾਇਆ ਸੀ ਪੰਜਾਬ। ਅਤੇ ਇਹਨਾਂ 'ਚ ਡਿਫਰੈਂਸ ਹੈ, ਮਾਈਕਲ ਓ ਡਾਇਰ ਉਹ ਸੀ ਜੋ ਗਵਰਨਰ ਸੀ, ਅਤੇ ਜਿਹੜਾ ਬ੍ਰਿਗੇਡੀਅਰ ਸੀ ਜਨਰਲ ਡਾਇਰ ਸੀ ਉਹ ਹੈਗਾ ਸੀ ਜਿਹਨੇ ਉੱਥੇ ਪ੍ਰੈਜੈਂਟ ਹੋ ਕੇ ਸ਼ੂਟ ਆਊਟ ਕਰਵਾਇਆ ਸੀ, ਬੇਗੁਨਾਹ ਲੋਕਾਂ ਨੂੰ, ਨਿਹੱਥੇ ਲੋਕਾਂ ਨੂੰ ਮਰਵਾਇਆ ਸੀ। ਅਤੇ 13 ਮਾਰਚ 1940 ਦੇ ਵਿੱਚ 21 ਸਾਲ ਬਾਅਦ ਊਧਮ ਸਿੰਘ ਜੀ ਨੇ ਉਹਦਾ ਬਦਲਾ ਲਿਆ। ਐਕਚੁਅਲੀ ਥੋੜ੍ਹਾ ਜਿਹਾ ਮੈਂ ਇਮੋਸ਼ਨਲ ਤਾਂ ਹੋ ਗਿਆ ਕਿਉਂਕਿ ਨਾ ਇਹ ਜਿਹੜੀ ਬਿਲਡਿੰਗ ਹੈ, ਅਤੇ ਆਪਾਂ ਅਗਰ ਆਪਣੇ ਫਰੀਡਮ ਫਾਈਟਰਸ ਦੀ ਦੇਖਾਂਗੇ ਨਾ, ਬਹੁਤ ਕੁਝ ਕੀਤਾ ਹੈ, ਕਿਉਂਕਿ ਜਿਹੜੀ ਇਹ ਫਰੀਡਮ ਫਾਈਟਿੰਗ ਹੈ ਇਹ 1857 ਤੋਂ ਚੱਲਦੀ ਆਈ ਹੈ, ਅਤੇ 47 'ਚ ਖਤਮ ਹੋਈ ਹੈ, ਅਤੇ 90 ਸਾਲ ਚੱਲਿਆ ਫਰੀਡਮ ਆਪਾਂ ਨੇ ਮੁਲਕ ਨੂੰ ਆਜ਼ਾਦ ਕਰਾਉਣ ਲਈ। ਇਹਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਨੇ ਆਪਣੀ ਸ਼ਹੀਦੀ ਪਾਈ ਹੈ, ਕਿੰਨਿਆਂ ਨੇ ਆਪਣੀ ਜਾਨ ਗਵਾਈ ਹੈ। ਸੋ ਊਧਮ ਸਿੰਘ ਜੀ ਨੇ ਬਦਲਾ ਲਿਆ, 21 ਸਾਲਾਂ ਬਾਅਦ ਇਸ ਬਿਲਡਿੰਗ ਦੇ ਵਿੱਚ ਆ ਕੇ ਵੜ ਕੇ
ਅਤੇ ਹੱਸਦੇ ਹੱਸਦੇ ਉਹਨਾਂ ਨੇ ਆਪਣੀ ਅਰੈਸਟ ਦਿੱਤੀ, ਬਾਹਰ ਨਿਕਲੇ, ਹੱਸਦੇ ਹੱਸਦੇ ਗਏ ਅਤੇ ਉਹਨਾਂ ਨੂੰ ਇੱਥੇ ਪਹਿਲਾਂ ਇੱਕ ਪ੍ਰਿਜ਼ਨ 'ਚ ਰੱਖਿਆ ਗਿਆ ਅਤੇ ਲੰਡਨ ਦੇ ਵਿੱਚ ਹੀ ਹੈ। ਅਤੇ ਉਸ ਤੋਂ ਬਾਅਦ ਉਹਨਾਂ ਨੇ ਹੰਗਰ ਸਟ੍ਰਾਈਕ ਕੀਤੀ, ਉਹਨਾਂ ਨੇ 40 ਡੇਜ਼ ਦੀ ਹੰਗਰ ਸਟ੍ਰਾਈਕ ਕੀਤੀ ਕਿ ਮੈਂ ਖਾਣਾ ਨਹੀਂ ਹੈਗਾ, ਬਟ ਉਹਨਾਂ ਨੂੰ ਜਾਣ ਬੁੱਝ ਕੇ ਉਹਨਾਂ ਨੂੰ ਖਿਲਾਇਆ ਗਿਆ ਕਿ ਤੁਸੀਂ ਖਾਓ, ਉਹਨਾਂ ਦਾ ਮਤਲਬ ਹੰਗਰ ਸਟ੍ਰਾਈਕ ਤੁੜਵਾਉਣ ਲਈ। ਅਤੇ 31 ਜੁਲਾਈ 1940 ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਅਤੇ ਉਹ ਜਿਹੜੀ ਪ੍ਰਿਜ਼ਨ ਹੈ ਉਹ ਇੱਥੋਂ ਥੋੜ੍ਹੀ ਜਿਹੀ ਨੇੜੇ ਹੀ ਹੈ, ਪੈਂਟਵਿਲ ਪ੍ਰਿਜ਼ਨ ਹੈ ਉਹਦਾ ਨਾਮ, ਪੈਂਟਵਿਲ ਪ੍ਰਿਜ਼ਨ, ਜਿਹਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਰਿਵੋਲਵਰ ਸੀ ਉਹ ਹਜੇ ਵੀ ਸਕੋਟਲੈਂਡ ਯਾਰਡ ਹੈ ਇੱਥੇ ਆਪਣੀ UK ਦਾ ਇੱਕ ਜਿਹੜਾ ਕ੍ਰਾਈਮ ਬ੍ਰਾਂਚ ਹੈ ਉਹਨੂੰ ਕਹਿ ਸਕਦੇ ਸਕੋਟਲੈਂਡ ਯਾਰਡ ਹੈ, ਉਹਨਾਂ ਦੇ ਮਿਊਜ਼ੀਅਮ 'ਚ ਰੱਖੀ ਹੋਈ ਹੈ। ਮੈਂ ਟਰਾਈ ਕੀਤੀ ਸੀ ਕਿ ਮੈਂ ਜਾਵਾਂ, ਮੈਂ ਦਿਖਾਵਾਂ, ਬਟ ਉਹਨਾਂ ਨੇ ਮਿਊਜ਼ੀਅਮ ਸਿਰਫ ਬੰਦ ਕਰਤਾ, ਹੁਣ ਮਤਲਬ ਮੈਨੂੰ ਪਤਾ ਨਹੀਂ ਸੀ ਵੀ ਬੰਦ ਹੈ, ਉਹ ਮਿਊਜ਼ੀਅਮ ਬੰਦ ਕੀਤਾ ਹੋਇਆ, ਸਿਰਫ ਉਹ ਆਈ ਥਿੰਕ ਪੁਲਿਸ ਆਫਿਸਰ ਜਿਹੜੇ ਹੈਗੇ ਆ ਸਿਰਫ ਉਹਨਾਂ ਨੂੰ ਹੀ ਮਤਲਬ ਸ਼ੋਅ ਕਰਾਉਂਦੇ ਆ। ਸੋ ਉਸ ਤੋਂ ਬਾਅਦ ਫਿਰ ਆਪਣੀ 1974 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਰਿਮੇਨਸ ਸੀ, ਜਿਨ੍ਹਾਂ ਨੂੰ ਆਪਾਂ ਐਸ਼ਿਜ਼ ਕਹਿੰਦੇ ਹਾਂ, ਉਹਨਾਂ ਨੂੰ ਆਪਣੀ ਜਿਹੜੇ ਪੰਜਾਬ ਗੌਰਮੈਂਟ ਸੀ, ਆਈ ਥਿੰਕ ਜਿੱਥੇ ਤੱਕ ਮੈਨੂੰ ਯਾਦ ਹੈ, ਜਿੱਥੇ ਤੱਕ ਮੈਂ ਪੜ੍ਹਿਆ ਹੈ ਕਿ ਪੰਜਾਬ ਗੌਰਮੈਂਟ ਦੇ ਜਿਹੜੇ ਕਾਫੀ ਪੋਲੀਟੀਕਲ ਬੰਦੇ ਸੀ ਉਹਨਾਂ ਨੇ ਐਸ਼ਿਜ਼ ਮੰਗਾਈਆਂ ਅਤੇ 1974 ਦੇ ਵਿੱਚ ਉਹ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਹਜੇ ਵੀ ਪਈਆਂ ਨੇ। ਬਟ ਅਗਰ ਮੈਂ ਗਲਤ ਹੈ, ਕਿਉਂਕਿ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਬਹੁਤ ਕੁਛ ਹੋ ਰਿਹਾ, ਪੋਲੀਟੀਕਲ ਬਹੁਤ ਕੁਛ ਹੋ ਰਿਹਾ, ਨਜਾਇਜ਼ ਬਹੁਤ ਚੀਜ਼ ਹੋ ਰਹੀਆਂ, ਅਤੇ ਹੁਣ ਮੈਨੂੰ ਪਤਾ ਨਹੀਂ ਹੈ ਵੀ ਹਜੇ ਵੀ ਉਹ ਐਸ਼ਿਜ਼ ਪਈਆਂ ਉੱਥੇ ਕਿ ਨਹੀਂ ਪਈਆਂ। ਬਟ ਅਗਰ ਕਿਸੇ ਨੂੰ ਪਤਾ ਹੈ, ਇਨਫੋਰਮੇਸ਼ਨ ਹੈਗੀ ਹੈ, ਤਾਂ ਤੁਸੀਂ ਅਪਡੇਟ ਕਰ ਦਿਓ ਮੈਸੇਜ। ਅਤੇ ਉਹਨਾਂ ਦੀ ਐਸ਼ਿਜ਼ ਉੱਥੇ ਲਈ ਪਈਆਂ ਹੈ ਅਤੇ ਰਿਵੋਲਵਰ ਉੱਧਰ ਪਈ ਹੈ। ਅਤੇ ਇੱਕ ਗੱਲ ਜ਼ਰੂਰ ਸੋਚਣ ਵਾਲੀ ਹੈ, ਜਦੋਂ ਉਹ ਅਰੈਸਟ ਸੀ ਅਤੇ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਕੀ ਕੀਤਾ, ਉਹਨਾਂ ਨੇ ਬਹੁਤ ਵੱਡੀ ਸਪੀਚ ਦਿੱਤੀ ਹੈ ਆਪਣੀ, ਮੈਂ ਕਿਉਂ ਦਿੱਤਾ ਹੈ ਅਤੇ ਮੈਨੂੰ ਕੋਈ ਇਸ 'ਤੇ ਰਿਗਰੈਟ ਨਹੀਂ ਹੈਗਾ ਜੋ ਵੀ ਮੈਂ ਕੀਤਾ ਹੈ। ਬਟ ਉਹਦੇ 'ਚ ਉਹਨਾਂ ਨੂੰ ਜਦੋਂ ਨਾਮ ਪੁੱਛਿਆ ਗਿਆ, ਉਹਨਾਂ ਨੇ ਆਪਣਾ ਨਾਮ ਦੱਸਿਆ ਸੀ, ਸਰਦਾਰ ਊਧਮ ਸਿੰਘ ਜੀ ਨੇ, ਰਾਮ ਮੁਹੰਮਦ ਸਿੰਘ ਆਜ਼ਾਦ, ਰਾਮ ਹਿੰਦੂ, ਮੁਹੰਮਦ ਮੁਸਲਿਮ, ਸਿੰਘ ਸਿੱਖ ਅਤੇ ਆਜ਼ਾਦ ਫਰੀ। ਉਹਨਾਂ ਨੇ ਉਸ ਟਾਈਮ ਇਹ ਦਿਖਾਇਆ ਸੀ ਕਿ ਅਸੀਂ ਸਾਰੇ ਇਕੱਠੇ ਹਾਂ, ਕੋਈ ਰਿਲੀਜਨ ਨਹੀਂ ਹੈ, ਕੋਈ ਕੁਛ ਨਹੀਂ, ਅਸੀਂ ਸਾਰੇ ਇਕੱਠੇ ਹਾਂ, ਮੈਂ ਇੱਕ ਹੈ, ਮੈਂ ਇਨਸਾਨ ਪਹਿਲਾਂ ਹੈ, ਮੈਂ ਰਿਲੀਜੀਅਸ ਤੌਰ 'ਤੇ, ਮੇਰਾ ਰਿਲੀਜਨ ਬਾਅਦ 'ਚ ਆਉਂਦਾ। ਸੋਚਣ ਵਾਲੀ ਗੱਲ ਹੈ, ਅੱਜ ਆਪਾਂ ਇਹ ਚੀਜ਼ ਕਰ ਰਹੇ ਹਾਂ, ਆਪਾਂ ਇਨਸਾਨ ਪਹਿਲਾਂ ਬਣ ਰਹੇ ਹਾਂ ਕਿ ਆਪਾਂ ਰਿਲੀਜੀਅਸ ਤੌਰ 'ਤੇ ਜ਼ਿਆਦਾ ਜਾ ਰਹੇ ਹਾਂ। ਮੇਰਾ ਮਕਸਦ ਸੀ ਥੋੜ੍ਹਾ ਜਿਹਾ ਦਿਖਾਉਣਾ, ਬਿਲਡਿੰਗ ਦਿਖਾਉਣਾ ਕਿ ਇਹ ਸੀ ਉਹ ਬਿਲਡਿੰਗ ਜਿੱਥੇ ਆਪਣੇ ਉਸ ਸੂਰਮੇ ਨੇ ਗੋਲੀ ਮਾਰੀ ਸੀ। ਇਹ ਆਹ ਦੇਖੋ, 10 ਕੈਕਸਟਨ ਹਾਲ, ਇਹ ਹੈ ਬਿਲਡਿੰਗ, ਵੈਸਟ ਮਿਨਿਸਟਰ ਚ ਹੈ ਇਹ, ਲੰਡਨ ਹੈ, ਸੈਂਟਰ ਲੰਡਨ। ਅਗਰ ਮੇਰੇ ਤੋਂ ਕੁਛ ਡੇਟਸ ਵਗੈਰਾ ਲਈ ਇੱਧਰ ਉੱਧਰ ਹੋ ਗਿਆ, ਉੱਪਰ ਨੀਚੇ ਮੈਂ ਡੇਟਸ ਗਲਤ ਕਹਿ ਗਿਆ ਜਾਂ ਕੁਛ ਉੱਪਰ ਨੀਚੇ ਕਹਿ ਗਿਆ, ਤਾਂ ਮੈਨੂੰ ਮਾਫ਼ ਕਰਨਾ, ਕਿਉਂਕਿ ਥੋੜ੍ਹਾ ਜਿਹਾ ਇਮੋਸ਼ਨਲ ਹੋਇਆ ਪਿਆ ਸੀ, ਪਤਾ ਨਹੀਂ ਕਿਉਂ ਇਮੋਸ਼ਨਲ ਜਿਹਾ ਹੋਇਆ ਪਿਆ ਸੀ ਮੈਂ, ਕਿ ਮਤਲਬ ਪਤਾ ਨਹੀਂ, ਮੈਂ ਦੱਸ ਨਹੀਂ ਸਕਦਾ, ਬਟ ਮੈਂ ਇਮੋਸ਼ਨਲ ਹੋਇਆ। ਅਗਰ ਤੁਸੀਂ ਇੱਥੇ ਆਓਗੇ ਨਾ, ਤੁਹਾਨੂੰ ਥੋੜ੍ਹਾ ਜਿਹਾ ਫੀਲ ਹੋਊਗਾ ਯਾਰ ਵੀ ਇਹ ਉਹ ਜਗ੍ਹਾ ਸੀ। ਠੀਕ ਹੈ ਜੀ, ਇਸੇ ਨੋਟ 'ਤੇ ਕਰਦਾ ਬੰਦ ਮੈਂ ਵੀਡੀਓ, ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ, ਉਦੋਂ ਤੱਕ ਰੱਬ ਰੱਖਾ, ਸਤਿ ਸ਼੍ਰੀ ਅਕਾਲ ਅਤੇ ਜੀ ਫਤਿਹ। ਆਈ ਥਿੰਕ ਇਹ ਬਿਲਡਿੰਗ ਬੰਦ ਹੈ ਹੁਣ, ਇਹਦੇ ਵਿੱਚ ਕੁਛ ਨਹੀਂ ਹੁੰਦਾ, ਇਹਨੂੰ ਬੰਦ ਕਰ ਦਿੱਤਾ ਗਿਆ। ਸੋ ਇਹ ਹੈਗੀ ਹੈ 10 ਕੈਕਸਟਨ ਹਾਲ।